ਸਤਿ ਸ਼੍ਰੀ ਅਕਾਲ ਦੋਸਤੋ, ਜੀ ਆਇਆਂ ਨੂੰ ਸਾਡੇ ਪ੍ਰੋਗਰਾਮ ਸਿਹਤ ਸੰਭਾਲ ਦੇ ਵਿੱਚ। ਦੋਸਤੋ, ਮੈਂ ਤੁਹਾਡੀ ਹੋਸ ਸੁਮਨ ਅਤੇ ਮੇਰਾ ਸਾਥ ਦੇ ਰਹੇ ਨੇ ਅਮਨ ਗਿੱਲ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਅਮਨ ਗਿੱਲ, ਅੱਜ ਦੇ ਆਪਣੇ ਸ਼ੋ ਸਿਹਤ ਸੰਭਾਲ ਦੇ ਵਿੱਚ ਸੁਮਨ ਜੀ ਦੇ ਨਾਲ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਆਪਣੇ ਬਜ਼ੁਰਗਾਂ ਦੇ ਬਾਰੇ, ਬਜ਼ੁਰਗਾਂ ਦੀ ਜ਼ਿੰਦਗੀ ਦੇ ਬਾਰੇ, ਬਜ਼ੁਰਗਾਂ ਦੀ ਲਾਈਫ ਦੇ ਬਾਰੇ, ਕਿ ਆਪਾਂ ਉਹਨਾਂ ਦੀ ਹੋਰ ਵਧੀਆ ਜ਼ਿੰਦਗੀ, ਵਧੀਆ ਲਾਈਫ ਕਿਸ ਤਰ੍ਹਾਂ ਬਣਾ ਸਕਦੇ ਹਾਂ, ਔਰ ਕਿਹੜੀ ਕਿਹੜੀਆਂ ਤਰੀਕਿਆਂ ਨਾਲ, ਕਿਹੜੇ ਕਿਹੜੇ ਆਪਾਂ ਪ੍ਰੀਕੋਸ਼ਨਸ ਲੈ ਕੇ ਉਹਨਾਂ ਦੀ ਇੱਕ ਵਧੀਆ ਸਿਹਤ ਉਹਨਾਂ ਨੂੰ ਦੇ ਸਕਦੇ ਹਾਂ, ਔਰ ਜੇ ਉਹਨਾਂ ਦੀ ਸਿਹਤ ਵਧੀਆ ਹੋਵੇਗੀ ਤਾਂ ਨਾਲ ਦੀ ਨਾਲ ਪੂਰੇ ਪਰਿਵਾਰ ਦੀ ਸਿਹਤ ਵਧੀਆ ਹੋਵੇਗੀ। ਜਿਸ ਤਰ੍ਹਾਂ ਕਹਿੰਦੇ ਆ ਨਾ, ਪੁੱਤਰ ਮਿੱਠੜੇ ਮੇਵੇ ਅਤੇ ਧੀਆਂ ਰੱਬ ਸਭ ਨੂੰ ਦੇਵੇ। ਅੱਜ ਇਸ ਦੇ ਨਾਲ ਰਿਲੇਟਡ ਆਪਾਂ ਗੱਲ ਕਰਾਂਗੇ ਕਿ ਬਜ਼ੁਰਗਾਂ ਦੀ ਸਾਡੀ ਜ਼ਿੰਦਗੀ 'ਚ ਕਿੰਨੀ ਅਹਿਮੀਅਤ ਹੈ, ਔਰ ਸਾਨੂੰ ਉਹਨਾਂ ਦੀ ਜਿਹੜੀ ਟੇਕ ਕੇਅਰ ਹੈ ਉਹਦੇ ਵੱਲ ਧਿਆਨ ਦੇਣਾ ਚਾਹੀਦਾ, ਕਿਉਂਕਿ ਉਹਨਾਂ ਦੀ ਸਿਹਤ ਚੰਗੀ ਹੋਏਗੀ ਤਾਂ ਸਾਰਾ ਬਾਗ ਪਰਿਵਾਰ ਚੰਗਾ ਹੋਏਗਾ। ਕਿਉਂ ਸੁਮਨ ਜੀ? ਬਿਲਕੁਲ ਅਮਨ ਜੀ, ਬਹੁਤ ਵਧੀਆ ਗੱਲ ਕਹੀ ਤੁਸੀਂ, ਅਤੇ ਤੁਹਾਡੀ ਇਸੇ ਗੱਲ ਤੋਂ ਮੈਨੂੰ ਖੋਲ੍ਹ ਕਰ ਯਾਦ ਆਈ। ਕਹਿੰਦੇ ਨੇ ਬਚਪਨ ਚਲਾ ਗਿਆ, ਜਵਾਨੀ ਚਲੀ ਗਈ, ਜ਼ਿੰਦਗੀ ਦੀ ਕੀਮਤੀ ਨਿਸ਼ਾਨੀ ਚਲੀ ਗਈ। ਜੀ ਹਾਂ ਦੋਸਤੋ, ਸਮਾਂ ਬਹੁਤ ਬਲਵਾਨ ਹੈ, ਹਰ ਰੋਜ਼ ਇੱਕ ਨਵੀਂ ਸਵੇਰ ਆਉਂਦੀ ਹੈ, ਇੱਕ ਨਵੀਂ ਰਾਤ ਆਉਂਦੀ ਹੈ। ਦਿਨਾਂ ਦੇ ਨਾਲ ਮਹੀਨੇ ਅਤੇ ਮਹੀਨਿਆਂ ਦੇ ਨਾਲ ਸਾਲ, ਪਤਾ ਹੀ ਨਹੀਂ ਚੱਲਦਾ ਉਮਰ ਕਿਤੋਂ ਦੀ ਕਿਤੇ ਚਲੀ ਜਾਂਦੀ ਹੈ। ਦੋਸਤੋ, ਜਿੱਥੇ ਬੁਢਾਪਾ ਸਬਰ, ਸੰਤੋਖ ਅਤੇ ਤਜਰਬੇ ਦੀ ਨਿਸ਼ਾਨੀ ਹੈ, ਉੱਥੇ ਹੀ ਬੁਢਾਪਾ ਕਈ ਬਿਮਾਰੀਆਂ, ਚਿੰਤਾਵਾਂ ਅਤੇ ਡਿਪਰੈਸ਼ਨ ਦਾ ਵੀ ਸ਼ਿਕਾਰ ਹੈ। ਬਹੁਤ ਵਧੀਆ ਜੀ। ਦੇਖੋ, ਜਿਹੜੀ ਕਹਿੰਦੇ ਨਾ ਕਿ ਸਮਾਂ ਜਿਹੜਾ ਵਾ, ਸਮਾਂ ਕਿਸੇ ਦਾ ਦੋਸਤ ਨਹੀਂ ਹੁੰਦਾ ਅਤੇ ਕਿਸੇ ਦਾ ਦੁਸ਼ਮਣ ਨਹੀਂ ਹੁੰਦਾ। ਬਿਲਕੁਲ, ਸਮਾਂ ਗੁਜ਼ਰਦਾ ਰਹਿੰਦਾ ਹੈ, ਔਰ ਸਮਾਂ ਜਿਹੜਾ ਗੁਜ਼ਰਦਾ ਹੈ ਔਰ ਆਪਣੇ ਨਾਲ ਬੜੀਆਂ ਚੀਜ਼ਾਂ ਲੈ ਕੇ ਆਉਂਦਾ ਹੈ ਔਰ ਬੜੀਆਂ ਯਾਦਾਂ ਛੱਡ ਕੇ ਜਾਂਦਾ ਹੈ। ਬਿਲਕੁਲ, ਕਹਿੰਦੇ ਕਿ ਜਿਹੜਾ ਆਇਆ ਉਸਨੇ ਜਾਣਾ ਹੈ। ਇਸ ਕਰਕੇ ਬਜ਼ੁਰਗ ਜਿਹੜੇ ਸਾਡੇ ਲਾਈਫ 'ਚ ਹੈਗੇ ਆ, ਉਹਨਾਂ ਨੇ ਕਿਸੇ ਨਾ ਕਿਸੇ ਨੇ ਸਾਨੂੰ ਛੱਡ ਕੇ ਵੀ ਜਾਣਾ ਹੈ, ਬਟ ਅਸੀਂ ਇਹ ਚਾਹੁੰਦੇ ਹਾਂ ਕਿ ਜਿੰਨਾ ਚਿਰ ਉਹ ਸਾਡੇ ਨਾਲ ਹੈਗੇ ਆ ਉਹ ਇੱਕ ਵਧੀਆ ਜ਼ਿੰਦਗੀ ਜੀਣ ਔਰ ਇੱਕ ਵਧੀਆ ਮਾਹੌਲ, ਘਰ ਦਾ ਖੁਸ਼ਨੁਮਾ ਮਾਹੌਲ ਰਹੇ, ਔਰ ਜਿਹਦੇ ਨਾਲ ਉਹਨਾਂ ਦੀ ਜਿਹੜੀ ਸਿਹਤ ਆ ਉਹਦੀ ਆਪਾਂ ਫਸਟ ਪ੍ਰਾਇਓਰਟੀ ਰੱਖਦੇ ਹਾਂ ਕਿ ਬਜ਼ੁਰਗਾਂ ਦੀ ਸਿਹਤ ਵਧੀਆ ਰਹੇ ਅਤੇ ਨਾਲ ਦੀ ਨਾਲ ਪੂਰਾ ਪਰਿਵਾਰ ਵਧੀਆ ਰਹੇ। ਜੀ ਹਾਂ ਅਮਨ ਜੀ, ਤੁਸੀਂ ਬਹੁਤ ਵਧੀਆ ਗੱਲ ਕਹੀ। ਦੋਸਤੋ, ਬਜ਼ੁਰਗਾਂ ਦੀ ਲੋੜ ਸਾਨੂੰ ਹਮੇਸ਼ਾ ਰਹਿੰਦੀ ਹੈ। ਕਹਿੰਦੇ ਨੇ ਜਿਸ ਘਰ ਦੇ ਵਿੱਚ ਬਜ਼ੁਰਗ ਨਹੀਂ, ਉੱਥੇ ਕਿਤੇ ਨਾ ਕਿਤੇ ਖੁਸ਼ੀਆਂ ਵੀ ਰਾਹ ਮੋੜ ਲੈਂਦੀਆਂ ਨੇ। ਦੋਸਤੋ, ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਸਾਡੇ ਕੈਨੇਡਾ ਦੇ ਵਿੱਚ 69% ਪਰਿਵਾਰ ਇਹੋ ਜਿਹੇ ਨੇ ਜੋ ਇਹਨਾਂ ਬਜ਼ੁਰਗਾਂ 'ਤੇ ਨਿਰਭਰ ਕਰਦੇ ਨੇ। ਇਹ ਬਜ਼ੁਰਗ ਦਾਦਾ ਦਾਦੀ ਬਣ ਕੇ ਨਾ ਸਿਰਫ ਸਾਡੇ ਬੱਚਿਆਂ ਦਾ ਖਿਆਲ ਰੱਖਦੇ ਨੇ, ਬਲਕਿ ਉਹਨਾਂ ਨੂੰ ਬੜੇ ਹੀ ਲਾਡ ਪਿਆਰ ਦੇ ਨਾਲ ਪਾਲਦੇ ਨੇ। ਦੋਸਤੋ, ਇਹਦੇ ਨਾਲ ਨਾਲ ਕੈਨੇਡਾ ਦੇ ਵਿੱਚ ਬਜ਼ੁਰਗ ਸਿਰਫ ਘਰਾਂ ਤੱਕ ਹੀ ਨਹੀਂ ਸੀਮਤ, ਉਹਨਾਂ ਦਾ ਵਲੰਟੀਅਰ ਅਤੇ ਸੋਸ਼ਲ ਵਰਕ ਦੇ ਵਿੱਚ ਵੀ ਬਹੁਤ ਵੱਡਾ ਯੋਗਦਾਨ ਹੈ। ਅਤੇ ਅਮਨ ਜੀ, ਤੁਹਾਨੂੰ ਇਹ ਵੀ ਜਾਣ ਕੇ ਹੈਰਾਨੀ ਹੋਵੇਗੀ ਕਿ ਕੈਨੇਡਾ ਦੇ ਵਿੱਚ ਸਭ ਤੋਂ ਵੱਧ ਜੋ ਚੈਰਿਟੀ ਦਿੰਦੇ ਨੇ ਉਹ ਵੀ ਸਾਡੇ ਬਜ਼ੁਰਗ ਹੀ ਨੇ। ਦੇਖੋ ਜੀ, ਕਿਉਂਕਿ ਉਹਨਾਂ ਨੇ ਇੱਕ ਉਮਰ ਹੰਢਾਈ ਹੁੰਦੀ ਆ, ਉਹਨਾਂ ਨੂੰ ਪਤਾ ਹੈ ਕਿ ਸਮਾਜ ਵਿੱਚ ਕਿਹੜੀ ਚੀਜ਼ ਦੀ ਲੋੜ ਹੈ। ਅੱਜ ਇੱਥੇ ਬਜ਼ੁਰਗ ਕਈ ਵਲੰਟੀਅਰ ਵੀ ਕੰਮ ਕਰਦੇ ਨੇ, ਲਾਇਬ੍ਰੇਰੀਜ਼ ਦੇ ਵਿੱਚ ਆਣ ਕੇ ਜਿਹੜੇ ਆਪਣੇ ਉਹਨਾਂ ਦੇ ਨਾਲ ਬਜ਼ੁਰਗ ਆ ਇਕੱਠੇ ਹੁੰਦੇ ਆ, ਕਮਿਊਨਿਟੀ ਸੈਂਟਰ ਇਕੱਠੇ ਹੁੰਦੇ ਆ, ਇੱਕ ਦੂਜੇ ਦੇ ਦੁੱਖ ਸੁੱਖ ਸਾਂਝੇ ਕਰਦੇ ਆ, ਗੱਲਾਂ ਬਾਤਾਂ ਮਾਰਦੇ ਆ, ਔਰ ਕਈ ਬਜ਼ੁਰਗ ਇਹੋ ਜਿਹੇ ਵੀ ਆ ਜਿਹੜੇ ਵਲੰਟੀਅਰ ਵਰਕ ਕਰਦੇ ਆ। ਤੁਸੀਂ ਦੇਖਿਆ ਹੋਣਾ ਆਪਣੀ ਰੋਡ 'ਤੇ ਕਈ ਸਟੋਪ ਸਾਈਨ ਹੁੰਦੇ ਆ ਸਕੂਲਾਂ ਦੇ ਲਾਗੇ, ਉੱਥੇ ਉਹ ਵਲੰਟੀਅਰ ਵਰਕ ਕਰਦੇ ਆ, ਬੱਚਿਆਂ ਨੂੰ ਰੋਡ ਕ੍ਰੋਸ ਕਰਵਾਉਣੀ, ਆਪਣੇ ਕਈ ਯੰਗਸ ਵੀ ਕਰਦੇ ਆ, ਨਿਊ ਕਾਮਰਸ ਆਉਂਦੇ ਆ, ਉਹ ਵੀ ਐਜ਼ ਏ ਵਲੰਟੀਅਰ ਵਰਕ ਕਰਦੇ ਆ ਕਿ ਸ਼ੋ ਗੈਟਿੰਗ ਦ ਮੋਰ ਬੈਟਰ ਓਪਰਚੁਨਿਟੀਜ਼। ਬਿਲਕੁਲ, ਕਹਿੰਦੇ ਆ ਕਿ ਇਹਨਾਂ ਮੁਲਕਾਂ 'ਚ ਆਪਾਂ ਵਲੰਟੀਅਰ ਵਰਕ ਤੋਂ ਸਟਾਰਟ ਕਰਾਂਗੇ ਅਤੇ ਜਿਹੜਾ ਤੁਹਾਡਾ ਗਰੋਥ ਹੈ ਵਧੀਆ ਗਰੋਥ ਹੋਏਗੀ। ਬਿਲਕੁਲ ਬਿਲਕੁਲ, ਔਰ ਵਲੰਟੀਅਰ ਵਰਕ ਕਿਤੇ ਨਾ ਕਿਤੇ ਸਾਨੂੰ ਬਜ਼ੁਰਗਾਂ ਤੋਂ ਹੀ ਸ਼ੁਰੂ ਕਰਨ ਨੂੰ ਮਿਲਦਾ, ਕਿਉਂਕਿ ਉਹ ਵੀ ਆਪਣੇ ਆਪ ਨੂੰ ਥੋੜ੍ਹਾ ਬਿਜ਼ੀ ਰੱਖਣਾ ਚਾਹੁੰਦੇ ਆ। ਹਾਂਜੀ, ਕਿਉਂਕਿ ਜੋ ਆਪਣੇ ਆਪ ਨੂੰ ਬਿਜ਼ੀ ਨਹੀਂ ਰੱਖਣਗੇ ਤਾਂ ਕਹਿੰਦਾ ਖੂਹ ਦੇ ਡੱਡੂ ਵਾਲਾ ਹਿਸਾਬ ਹੋ ਜਾਣਾ ਹੈ। ਬਿਲਕੁਲ, ਕਿ ਜਿਸ ਤਰ੍ਹਾਂ ਗਰਮੀਆਂ ਵਿੱਚ ਬਜ਼ੁਰਗ ਇਕੱਠੇ ਹੁੰਦੇ ਆ, ਪਾਰਕਾਂ 'ਚ ਜਾਂਦੇ ਆ, ਅਸੀਂ ਵੀ ਪਾਰਕਾਂ 'ਚ ਜਾਈਦਾ, ਬੱਚੇ ਪਾਰਕਾਂ 'ਚ ਖੇਡਦੇ ਆ, ਬਟ ਪ੍ਰੋਬਲਮ ਆਉਂਦੀ ਆ ਕਿ ਜਦੋਂ ਸਰਦੀਆਂ ਹੁੰਦੀਆਂ, ਸਰਦੀਆਂ ਤੁਹਾਨੂੰ ਬਸ ਸਨੋਅ ਕਾਫੀ ਪੈਂਦੀ ਹੈ ਇੱਥੇ, ਉਸ ਟਾਈਮ ਬਜ਼ੁਰਗਾਂ ਵਾਸਤੇ ਬੜਾ ਮੁਸ਼ਕਿਲ ਹੋ ਜਾਂਦਾ ਟਾਈਮ ਪਾਸ ਕਰਨਾ, ਤਾਂ ਉਸ ਵੇਲੇ ਬੈਸਟ ਇਹ ਹੀ ਹੈ ਕਿ ਕਮਿਊਨਿਟੀ ਸੈਂਟਰ ਜਾਣ, ਆਪਣੇ ਹਮ ਉਮਰ ਦੇ ਨਾਲ ਟਾਈਮ ਸਪੈਂਡ ਕਰਨ, ਗੱਲਾਂ ਬਾਤਾਂ ਮਾਰਨ, ਆਪਣੇ ਐਕਸਪੀਰੀਅੰਸ ਸ਼ੇਅਰ ਕਰਨ। ਬਿਲਕੁਲ, ਅਤੇ ਨਾਲ ਦੀ ਨਾਲ ਇੱਕ ਐਕਸਪੀਰੀਅੰਸ ਸ਼ੇਅਰ ਵਾਲੀ ਗੱਲ ਆ ਕਿ ਆਪਣੇ ਜਿਹੜੇ ਯੰਗ ਜਨਰੇਸ਼ਨ ਆ ਉਹਨਾਂ ਨੂੰ ਵੀ ਚਾਹੀਦਾ ਕਿ ਜਿਹੜੇ ਉਹਨਾਂ ਦੇ ਬਜ਼ੁਰਗ ਹੈਗੇ ਆ, ਗ੍ਰੈਂਡ ਪੇਰੈਂਟਸ ਆ, ਜਾਂ ਆਪਣਾ ਲਾਇਬ੍ਰੇਰੀ ਜਾ ਕੇ ਸੀਨੀਅਰ ਸੈਂਟਰ ਜਾ ਕੇ ਅਗਰ ਉਹ ਵਲੰਟੀਅਰ ਕੰਮ ਕਰ ਰਹੇ ਆ ਉਹਨਾਂ ਨਾਲ ਥੋੜ੍ਹੇ ਟਾਕ ਕਰਨ, ਉਹਨਾਂ ਨਾਲ ਡਿਸਕਸ਼ਨ ਕਰਨ, ਕਿਉਂਕਿ ਬਜ਼ੁਰਗਾਂ ਨੇ ਜਿਹੜੀ ਆਪਣੀ ਲਾਈਫ ਹੰਢਾਈ ਹੈ ਉਹਨਾਂ ਨਾਲ ਜਿਹੜੀ ਨਿਊ ਜਨਰੇਸ਼ਨ ਹੈ ਉਹ ਬਹੁਤ ਕੁਝ ਸਿੱਖ ਸਕਦੀ ਹੈ। ਬਿਲਕੁਲ ਅਮਨ ਜੀ, ਤੁਸੀਂ ਸਹੀ ਕਿਹਾ। ਅਤੇ ਅਮਨ ਜੀ, ਮੈਂ ਤੁਹਾਨੂੰ ਇਹ ਪੁੱਛਣਾ ਚਾਹੂੰਗੀ ਕਿ ਜਦੋਂ ਅਸੀਂ ਗੱਲ ਕਰਦੇ ਹਾਂ ਸਿਹਤ ਦੀ, ਸਿਹਤ ਸੰਭਾਲ ਦੀ, ਆਪਣੀ ਇੱਕ ਹੈਲਦੀ ਏਜਿੰਗ ਦੀ,
ਤਾਂ ਤੁਹਾਡੇ ਮੁਤਾਬਿਕ ਕੀ ਚੀਜ਼ ਸਭ ਤੋਂ ਜ਼ਰੂਰੀ ਹੈ? ਦੇਖੋ ਜੀ, ਸਿਹਤ ਸੰਭਾਲ ਤੇ ਬੈਸਟ ਜਿਹੜੀ ਚੀਜ਼ ਆ, ਪਹਿਲੀ ਚੀਜ਼ ਹਮੇਸ਼ਾ ਦਿਮਾਗ 'ਚ ਆਉਂਦੀ ਆ ਇਨਸਾਨ ਦਾ ਖਾਣਾ ਪੀਣਾ, ਬਿਲਕੁਲ, ਕਿ ਉਹ ਕੀ ਡਾਇਟ ਲੈ ਰਿਹਾ, ਉਹਦੀ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਰੂਟੀਨ ਡਾਇਟ ਕੀ ਹੈਗੀ ਆ, ਕਿਸ ਤਰ੍ਹਾਂ ਦਾ ਉਹ ਫੂਡ ਲੈ ਰਿਹਾ, ਜ਼ਿਆਦਾ ਓਇਲੀ ਤਾਂ ਨਹੀਂ ਲੈ ਰਿਹਾ ਜਾਂ ਜ਼ਿਆਦਾ ਫਾਸਟ ਫੂਡ ਤਾਂ ਨਹੀਂ ਲੈ ਰਿਹਾ, ਕਿ ਜਾਂ ਕਹਿੰਦੇ ਕਿ ਦਾਲ ਹੈਗੀ ਉਹ ਦਾਲ ਹੀ ਜ਼ਿਆਦਾ ਖਾਈ ਜਾ ਰਿਹਾ, ਸਬਜ਼ੀ ਸਬਜ਼ੀ ਜ਼ਿਆਦਾ ਖਾਈ ਜਾ ਰਿਹਾ, ਉਹਨਾਂ ਨੂੰ ਇੱਕ ਪੌਸ਼ਟਿਕ ਬੈਲੈਂਸ ਡਾਇਟ ਚਾਹੀਦੀ ਆ। ਬਿਲਕੁਲ, ਅਤੇ ਆਪਾਂ ਉਹਦੇ ਬਾਰੇ ਥੋੜ੍ਹਾ ਡਿਸਕਸ ਕਰਦੇ ਹਾਂ। ਜ਼ਰੂਰ ਜ਼ਰੂਰ ਅਮਨ ਜੀ, ਤੁਸੀਂ ਇਹ ਗੱਲ ਵਧੀਆ ਕਹੀ, ਕਿਉਂਕਿ ਜਿਵੇਂ ਤੁਸੀਂ ਕਿਹਾ ਕਿ ਸਭ ਤੋਂ ਜ਼ਰੂਰੀ, ਜਦੋਂ ਅਸੀਂ ਸਿਹਤ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਜ਼ਰੂਰੀ ਚੀਜ਼ ਹੈ ਸਾਡਾ ਖਾਣਾ ਪੀਣਾ। ਅਤੇ 80% ਜੋ ਬਿਮਾਰੀਆਂ ਨੇ ਉਹ ਸਾਡੇ ਸਹੀ ਨਾ ਖਾਣ ਪੀਣ ਕਰਕੇ ਹੁੰਦੀਆਂ ਨੇ। ਹਾਂਜੀ, ਅਤੇ ਬਜ਼ੁਰਗਾਂ ਦੇ ਵਿੱਚ ਇਹ ਚੀਜ਼ ਤਾਂ ਬਹੁਤ ਜ਼ਰੂਰੀ ਹੈ ਕਿ ਉਹਨਾਂ ਨੂੰ ਇੱਕ ਲੋਅ ਫੈਟ, ਜੋ ਕਹਿੰਦੇ ਲੋਅ ਕੈਲਰੀਜ ਫੂਡ ਦੇ ਨਾਲ ਨਾਲ ਇੱਕ ਬੈਲੈਂਸਡ ਫੂਡ ਵੀ ਹੋਵੇ। ਆਲਸੋ ਇਨ ਕੈਨੇਡਾ ਦੇ ਵਿੱਚ ਤੁਸੀਂ ਦੇਖੋਗੇ ਜਿਹੜੇ ਲੋਕ 75 ਸਾਲ ਦੀ ਉਮਰ ਤੋਂ ਬਾਅਦ ਉਹ ਬਹੁਤ ਓਬੀਜ਼ ਹੋ ਰਹੇ ਨੇ, ਬਹੁਤ ਮੋਟਾਪਾ ਉਹਨਾਂ ਦੇ ਵਿੱਚ, ਅਤੇ ਮੋਟਾਪੇ ਦੇ ਨਾਲ ਨਾਲ ਕੁਛ ਬਜ਼ੁਰਗ ਇਹੋ ਜਿਹੇ ਵੀ ਨੇ ਜੋ ਕੁਪੋਸ਼ਣ ਦਾ ਸ਼ਿਕਾਰ ਨੇ। ਕੁਪੋਸ਼ਣ ਮਤਲਬ ਉਹਨਾਂ ਦਾ ਜੋ ਡਾਇਟ, ਉਹਨਾਂ ਦੀ ਬੈਲੈਂਸ ਡਾਇਟ ਨਹੀਂ ਹੈ। ਮਤਲਬ ਕਿ ਬੈਲੈਂਸ ਡਾਇਟ ਲੈਣੀ ਆ, ਓਵਰ ਈਟਿੰਗ ਵੀ ਨਹੀਂ ਕਰਨੀ ਅਤੇ ਘੱਟ ਵੀ ਨਹੀਂ ਕਰਨੀ, ਔਰ ਜਿਹੜੀ ਵੀ ਡਾਇਟ ਲੈਣੀ ਆ ਇੱਕ ਪ੍ਰੋਪਰ ਪ੍ਰੋਟੀਨ, ਮਿਨਰਲਸ, ਕਾਰਬਸ, ਐਵਰੀਥਿੰਗ ਕੰਬੀਨੇਸ਼ਨ ਹੋਵੇ ਉਹਨਾਂ ਦਾ, ਜਿੰਨੀ ਬੋਡੀ ਨੂੰ ਰਿਕੁਆਇਰਡ ਆ। ਜੀ ਹਾਂ ਦੋਸਤੋ, ਸੋ ਇਸ ਲਈ ਸਾਡੇ ਸੀਨੀਅਰਸ ਨੂੰ ਚਾਹੀਦਾ ਕਿ ਉਹਨਾਂ ਦੀ ਜੋ ਡਾਇਟ ਹੈ ਉਹ ਬੈਲੈਂਸਡ ਹੋਵੇ। ਬੈਲੈਂਸਡ ਮਤਲਬ ਇਹ ਨਹੀਂ ਕਿ ਤੁਸੀਂ ਕੋਈ ਚੀਜ਼ ਜਿੱਦਾਂ ਸਿਰਫ ਇੱਕ ਚੀਜ਼ 'ਤੇ ਕੋਨਸਨਟ੍ਰੇਟ ਕਰਦੇ ਹੋ, ਜਿਵੇਂ ਸਾਡੀ ਪੰਜਾਬੀ ਖਾਣਿਆਂ ਦੇ ਵਿੱਚ ਅਸੀਂ ਜ਼ਿਆਦਾਤਰ ਸਿਰਫ ਕੋਨਸਨਟ੍ਰੇਟ ਕਰਦੇ ਹਾਂ ਰੋਟੀ ਅਤੇ ਦਾਲ 'ਤੇ। ਕੋਸ਼ਿਸ਼ ਕਰੋ ਕਿ ਸਾਡੀ ਸੀਨੀਅਰਸ ਦੇ ਡਾਇਟ ਦੇ ਵਿੱਚ ਲੋਅ ਫੈਟ ਡੇਰੀ ਹੋਵੇ, ਐਗ ਹੋਵੇ, ਪ੍ਰੋਟੀਨ ਸੋਰਸ ਹੋਵੇ, ਅਨਾਜ ਹੋਵੇ, ਅਤੇ ਫਲ ਅਤੇ ਸਬਜ਼ੀਆਂ ਜ਼ਰੂਰ ਹੋਣ। ਸੋ ਇੱਕ ਕੈਨੇਡਾ ਦੇ ਸਰਵੇ ਦੇ ਮੁਤਾਬਿਕ ਅਮਨ ਜੀ ਕਹਿੰਦੇ ਨੇ ਕਿ ਜੋ ਬਜ਼ੁਰਗ ਦਿਨ ਦੇ ਵਿੱਚ 5 ਵਾਰ ਫਲ ਅਤੇ ਸਬਜ਼ੀਆਂ ਖਾਂਦੇ ਨੇ ਉਹ ਕਾਫੀ ਸਿਹਤਮੰਦ ਨੇ ਐਸ ਕੰਪੇਅਰ ਟੂ ਅਦਰ ਏਜਡ ਪੀਪਲ। ਦੇਖੋ ਜੀ, ਐਕਚੁਲੀ ਆਪਣੇ ਜੇ ਇੱਕ ਬਣਿਆ ਹੋਇਆ ਕਿ ਸਵੇਰੇ ਉੱਠੇ ਜਾਂ ਬ੍ਰੈਡ ਖਾ ਲਓ ਜਾਂ ਰੋਟੀ ਖਾ ਲਓ, ਦੁਪਹਿਰੇ ਰੋਟੀ ਖਾ ਲਓ, ਰਾਤੀ ਸੋਣਾ ਰੋਟੀ ਖਾ ਲਓ, ਆਪਾਂ ਇੱਕ ਰੋਟੀ ਨੂੰ ਮੇਨ ਪ੍ਰੋਟੀਨ ਮੰਨਦੇ ਹਾਂ, ਮੇਨ ਡਾਇਟ ਦਾ ਇੱਕ ਹਿੱਸਾ ਮੰਨਦੇ ਹਾਂ, ਕਿ ਆਪਾਂ ਨੂੰ ਇਹ ਚਾਹੀਦਾ ਕਿ ਜਿਹੜੀ ਡਾਇਟ ਆ ਪ੍ਰੋਪਰ ਡਾਇਟ ਲਓ by dietitian, by health concerns. So you have to take every 2 hours. You have to take something for every 2 hours. Har 2 ghante baad tanu kuch na kuch khana hai. Ode naal ek tada metabolism hai, eh regular work karda rehnda hai. Haanji, aur oh work karda rahega, tada matlab body andar auto clean hundi rahegi. Jehda pani hai, pani vi ek limited quantity ch peena, na zyada peena wa na ghat peena wa, ਉਹ ਵੀ ਤੁਹਾਡਾ ਇੱਕ ਹੁੰਦਾ ਮੇਰੇ ਖਿਆਲ ਕੋਈ ਫਾਰਮੂਲਾ ਇਹਦਾ ਰਿਲੇਟਡ ਟੂ। ਹਾਂਜੀ ਹਾਂਜੀ, ਬੋਡੀ ਵੇਟ ਦੇ ਹਿਸਾਬ ਨਾਲ ਬਿਲਕੁਲ। ਅਤੇ ਕਹਿੰਦੇ ਨੇ ਜੀ 8 ਤੋਂ 10 ਗਲਾਸ ਪਾਣੀ ਦੇ ਪੀਣੇ ਬਹੁਤ ਜ਼ਰੂਰੀ ਨੇ। ਸੋ ਇਹ ਤਾਂ ਹੋ ਗਿਆ ਜੀ ਡਾਇਟ ਦੇ ਮੁਤਾਬਿਕ, ਬਾਕੀ ਜੋ ਸਾਡੇ ਬਜ਼ੁਰਗ ਨੇ ਉਹਨਾਂ ਦੀ ਜੋ ਡਾਇਟ ਹੈ ਉਹ ਡਿਪੈਂਡ ਕਰਦੀ ਉਹਨਾਂ ਦੀ ਮੈਡੀਕਲ ਹਿਸਟਰੀ 'ਤੇ, ਉਹਨਾਂ ਦੀ ਆਪਣੀ ਜੋ ਪ੍ਰੋਬਲਮਸ ਚੱਲਦੀਆਂ, ਮੰਨ ਲਓ ਹਾਰਟ ਪੇਸ਼ੈਂਟ ਨੇ, ਡਾਇਬਿਟੀਜ਼ ਨੇ, ਤਾਂ ਉਹਨਾਂ ਦੀ ਜਿਹੜੀ ਡਾਇਟ ਹੈ ਉਹ ਇੱਕ ਪਰਟੀਕੁਲਰ ਡਾਇਟ ਹੋ ਗਈ। ਸੋ ਇਹਦੇ ਲਈ ਬਹੁਤ ਜ਼ਰੂਰੀ ਹੈ ਕਿ ਉਹ ਆਪਣੇ ਜਨਰਲ ਫਿਜ਼ੀਸ਼ੀਅਨ ਨੂੰ ਮਿਲਣ, GP ਨੂੰ ਮਿਲਣ, ਅਤੇ ਉਹਦੇ ਥਰੂ ਇੱਕ ਡਾਇਟੀਸ਼ੀਅਨ ਦੇ ਕੋਲ ਜਾਣ। ਉਹ ਡਾਇਟੀਸ਼ੀਅਨ ਉਹਨਾਂ ਨੂੰ ਇੱਕ ਬੈਲੈਂਸ, ਇੱਕ ਡਾਇਟ ਚਾਰਟ ਬਣਾ ਕੇ ਦਊਗਾ, ਅਤੇ ਉਹ ਡਾਇਟ ਚਾਰਟ ਨੂੰ ਫੋਲੋ ਕਰਨਾ ਉਹਨਾਂ ਦੇ ਲਈ ਬਹੁਤ ਜ਼ਰੂਰੀ ਹੈ। ਹਾਂਜੀ, ਉਹ ਕਹਿੰਦੇ ਨੇ ਕਿ ਹਰ ਇਨਸਾਨ ਵਾਸਤੇ ਹਰ ਚੀਜ਼ ਨਹੀਂ ਬਣੀ। ਬਿਲਕੁਲ, ਕਿ ਆਪਾਂ ਜੇ ਇੱਕ ਬੰਦਾ ਹੈ ਕਿ ਉਹ ਜੇ ਰੋਟੀ ਜ਼ਿਆਦਾ ਖਾ ਰਿਹਾ ਅਤੇ ਉਹ ਮੋਟਾ ਨਹੀਂ ਹੋਏਗਾ, ਜੇ ਉਹ ਨਹੀਂ ਵੀ ਖਾ ਰਹੇ ਉਹਨੂੰ ਤਾਂ ਵੀ ਮੋਟਾ ਹੋ ਜਾਣਾ। ਯੈਸ, ਜੋ ਕਹਿ ਰਹੇ ਨੇ ਇੱਕ ਬੰਦੇ ਦੀ ਸਿਹਤ ਨਹੀਂ ਬਣ ਰਹੀ, ਇਹਨੂੰ ਪਨੀਰ ਖਵਾ ਦਿਓ ਜੀ, ਇਹਨੂੰ ਮੀਟ ਖਵਾ ਦਿਓ, ਇਹਨੂੰ ਹੈਲਦੀ ਡਾਇਟ ਖਵਾਈ ਚਲੋ, ਤਾਂ ਉਹਨੇ ਤਾਂ ਵੀ ਨਹੀਂ ਮੋਟੇ ਹੋਣਾ, ਕਿਉਂਕਿ ਹਰ ਬੰਦੇ ਦਾ ਇਹ ਬੋਡੀ ਸਟਰਕਚਰ ਆ, ਬੋਡੀ ਰਿਕੁਆਇਰਮੈਂਟ ਆ, ਇਸੇ ਕਰਕੇ ਕਹਿੰਦੇ ਹਰ ਬੋਡੀ ਨੂੰ ਇੱਕ ਸਪੈਸ਼ਲ ਫੂਡ ਦੀ ਰਿਕੁਆਇਰਮੈਂਟ ਆ, ਨੀਡ ਆ, ਉਹਦੀ ਬੋਡੀ ਦੇ ਅਕੋਰਡਿੰਗ ਜੋ ਰਿਕੁਆਇਰਮੈਂਟ ਆ ਉਹ ਮਿਨਰਲਸ, ਪ੍ਰੋਟੀਨਸ, ਕਾਰਬਸ ਉਹਨੂੰ ਦਿੱਤੇ ਜਾਣ, ਕਿ ਉਹਦੀ ਬੋਡੀ ਦੀ ਮਤਲਬ ਇੱਕ ਸਹੀ ਤੰਦਰੁਸਤ ਬੋਡੀ ਰਹੇ, ਨਾ ਕਿ ਆਪਾਂ ਬੋਡੀ ਨੂੰ ਲਾਈਕ ਏ ਡਸਟਬਿਨ ਰੱਖੀਏ ਆਪਾਂ, ਜੋ ਵਾਧੂ ਘਾਟੂ ਸੁੱਟੀ ਜਾਈਏ ਅੰਦਰ, ਦੈਨ ਆਫਟਰ ਦੈਟ ਕਿ ਤੁਹਾਡੀ ਜਿਹੜੀ ਲਾਈਫ ਆ ਉਹ ਫਿਨਿਸ਼ ਆ। ਬਿਲਕੁਲ, ਤਾਂ ਉਸ ਤੋਂ ਬਾਅਦ ਕਹਿੰਦੇ ਨੇ ਕਿ ਰੋਟੀ ਓਨੀ ਖਾਓ ਕਿ ਜਿੰਨੀ ਸਰੀਰ ਵਾਸਤੇ ਜ਼ਰੂਰੀ ਆ, ਜੇ ਆਪਾਂ ਰੋਟੀ ਜ਼ਿਆਦਾ ਖਾਵਾਂਗੇ ਤਾਂ ਉਹਨੂੰ ਬੈਲੈਂਸ ਕਰਨ ਵਾਸਤੇ ਬਸ ਸਾਨੂੰ ਓਨੀਆਂ ਦਵਾਈਆਂ ਵੀ ਖਾਣੀਆਂ ਪੈਣੀਆਂ। ਬਿਲਕੁਲ, ਅਤੇ ਦੋਸਤੋ ਇਹਦੇ ਤੋਂ ਸਭ ਤੋਂ ਜ਼ਰੂਰੀ ਚੀਜ਼ ਹੈ ਕਿ ਸ਼ੂਗਰ ਅਤੇ ਸਾਲਟ, ਚੀਨੀ ਅਤੇ ਨਮਕ ਦੋਨੋਂ ਹੀ ਕੰਟਰੋਲਡ ਹੋਣੇ ਚਾਹੀਦੇ ਨੇ, ਖਾਸ ਕਰਕੇ ਸਾਡੇ ਸੀਨੀਅਰਸ ਦੇ ਲਈ।
ਜੋ ਇਸ ਲਈ ਸਾਡੇ ਸੀਨੀਅਰਸ ਨੂੰ ਚਾਹੀਦਾ ਕਿ ਜਿੰਨੀ ਜਲਦੀ ਉਹ ਈਟਿੰਗ ਹੈਬਿਟਸ, ਇੱਕ ਹੈਲਦੀ ਈਟਿੰਗ ਹੈਬਿਟਸ ਨੂੰ ਆਪਣੀ ਰੂਟੀਨ ਦੇ ਵਿੱਚ ਪਾ ਲੈਣਗੇ, ਉਨੀ ਹੀ ਜਲਦੀ ਉਹਨਾਂ ਦੀ ਜੋ ਏਜਿੰਗ ਹੈ ਉਹ ਹੈਲਦੀ ਹੋ ਸਕਦੀ ਹੈ। ਅਮਨ ਜੀ, ਇਸ ਲਈ ਕਹਿੰਦੇ ਨੇ ਇਟਸ ਆਲਵੇਜ਼ ਬੈਟਰ ਟੂ ਬੀ ਲੇਟ ਦੈਨ ਨੈਵਰ। ਦੇਖੋ ਜੀ, ਇਹਨੂੰ ਆਪਾਂ ਪੰਜਾਬੀ 'ਚ ਵੀ ਕਹਿ ਦਈਏ, ਕਹਿੰਦੇ ਬਿਲਕੁਲ ਦੇਰ ਆਏ ਦਰੁਸਤ ਆਏ। ਆਪਣੀ ਸਿਹਤ ਦਾ ਧਿਆਨ ਰੱਖਣਾ ਹੈ ਕਿ ਹਰ ਚੀਜ਼ ਤੋਂ ਆਪਣਾ ਇੱਕ ਪ੍ਰੀਕੋਸ਼ਨ ਲੈਣੇ ਆ, ਨਾ ਜ਼ਿਆਦਾ ਮਿੱਠਾ ਖਾਣਾ ਹੈ ਨਾ ਜ਼ਿਆਦਾ ਸਾਲਟ ਖਾਣਾ ਹੈ, ਕਿਉਂਕਿ ਦੋਨੋਂ ਚੀਜ਼ਾਂ ਹੀ ਨੁਕਸਾਨ ਕਰਦੀਆਂ ਨੇ। ਦੇਖੋ ਜੀ, ਇਸ ਚੀਜ਼ ਦੇ ਨਾਲ ਨਾਲ ਇੱਕ ਹੋਰ ਚੀਜ਼ ਆ ਕਿ ਜਿਹੜੇ ਆਪਣੇ ਬਜ਼ੁਰਗ ਆ, ਆਪਣਾ ਘਰਾਂ ਦੇ ਵਿੱਚ ਜਾਂ ਬਾਹਰ ਡਰਾਈਵਵੇ 'ਤੇ ਜਾਂ ਬਾਹਰ ਕਿਤੇ ਜਾਂਦੇ ਆ, ਉਹਨਾਂ ਨੂੰ ਇੰਜਰੀਜ਼ ਬਹੁਤ ਹੁੰਦੀਆਂ ਨੇ। ਬਿਲਕੁਲ ਬਿਲਕੁਲ ਅਮਨ ਜੀ, ਇਹਨੂੰ ਹੀ ਅਸੀਂ ਕਹਿੰਦੇ ਹਾਂ ਫਾਲਸ ਪ੍ਰੀਵੈਂਸ਼ਨ, ਅਤੇ ਇਹ ਇੱਕ ਬਹੁਤ ਵੱਡੀ ਪ੍ਰੋਬਲਮ ਹੈ ਸਾਡੇ ਜੋ ਬਜ਼ੁਰਗ ਨੇ, ਜੋ ਉਹਨਾਂ ਦੇ ਵਿੱਚ ਮੇਜਰ ਇੰਜਰੀਜ਼ ਨੇ, ਜਿੱਦਾਂ ਹਿਪ ਫ੍ਰੈਕਚਰ ਹੋ ਗਿਆ, ਇਹ ਬਹੁਤ ਆਮ ਕਰਕੇ ਸਰਦੀਆਂ ਦੇ ਵਿੱਚ ਸਾਡੇ ਜੋ ਬਜ਼ੁਰਗ ਆ ਫਿਸਲ ਜਾਂਦੇ ਨੇ ਜਾਂ ਘਰਾਂ ਦੇ ਵਿੱਚ ਫਿਸਲ ਜਾਂਦੇ ਨੇ। ਹਿਪ ਫ੍ਰੈਕਚਰ ਉਹਨਾਂ ਨੂੰ ਆਮ ਹੁੰਦਾ, ਔਰ ਇਹ ਹੁੰਦਾ ਘਰਾਂ ਦੇ ਵਿੱਚ ਡਿੱਗ ਜਾਂਦੇ ਕਰਕੇ, ਕਈ ਵਾਰ ਉਹ ਪੌੜੀਆਂ ਤੋਂ ਗਿਰ ਜਾਂਦੇ ਹੈ, ਪ੍ਰੋਪਰ ਲਾਈਟਨਿੰਗ ਨਹੀਂ ਹੁੰਦੀ, ਕਈ ਵਾਰ ਵਾਸ਼ਰੂਮਸ 'ਚ ਗਿਰ ਜਾਂਦੇ ਹੈ, ਕਈ ਵਾਰ ਉਹਨਾਂ ਨੂੰ ਹੈਡਸ ਦੇ ਵਿੱਚ ਵੀ ਇੰਜਰੀਜ਼ ਆ ਜਾਂਦੀਆਂ। ਦੇਖੋ, ਇਹਦੇ ਫਿਰ ਜਿਹੜੇ ਪ੍ਰੀਕੋਸ਼ਨਸ ਹੁੰਦੇ ਆ ਉਹ ਸਾਨੂੰ ਲੈਣੇ ਪੈਣੇ। ਬਿਲਕੁਲ, ਇੱਕ ਪ੍ਰੀਕੋਸ਼ਨਸ ਜਿਹੜੇ ਆ ਸਾਡੀ ਨੋਰਮਲ ਰੂਟੀਨ ਲਾਈਫ 'ਚ ਹੈਗੇ ਆ, ਪਤਾ ਸਾਰਿਆਂ ਨੂੰ ਹੁੰਦਾ ਵਾ, ਬਟ ਅਸੀਂ ਅਣਗਹਿਲੀ ਕਰ ਜਾਂਦੇ ਹਾਂ ਕਿ ਅਪਲਾਈ ਕਰਨ ਤੋਂ ਭੱਜਦੇ ਹਾਂ, ਉਹਨਾਂ ਨੂੰ ਆਪਣੀ ਜ਼ਿੰਦਗੀ 'ਚ ਐਂਟਰ ਕਰਨ ਤੋਂ, ਉਹਨਾਂ ਚੀਜ਼ਾਂ ਨੂੰ ਅਡੋਪਟ ਕਰਨ ਤੋਂ ਅਸੀਂ ਭੱਜਦੇ ਹਾਂ। ਜਿਸ ਤਰ੍ਹਾਂ ਸੀੜੀਆਂ ਵਾ, ਪੌੜੀਆਂ, ਵੁਡਨ ਪੌੜੀਆਂ ਹੁੰਦੀਆਂ ਨੇ, ਉਹਦੇ ਉੱਪਰ ਕਾਰਪੇਟ ਨਹੀਂ ਲਗਾਉਂਦੇ ਆਪਾਂ, ਠੀਕ ਆ, ਉਹਦੇ 'ਚ ਕਹਿੰਦੇ ਸਿੰਪਲ ਕਾਰਪੇਟ ਲਗਾ ਲਓ, ਫਿਰ ਪੈਰ ਸਲਿਪ ਨਹੀਂ ਹੁੰਦਾ। ਬਿਲਕੁਲ, ਜਾਂ ਜਿਹੜੀ ਕਈ ਪੌੜੀਆਂ ਉਹਨਾਂ ਦਾ ਪੱਕਾ ਕਾਰਪੇਟ ਲੱਗਾ ਹੁੰਦਾ, ਉਹਦੇ 'ਚੋਂ ਸਮਟਾਈਮ ਜਦੋਂ ਉੱਤਰਦੇ ਆ ਸੌਕਸਾਂ ਪਾਈਆਂ ਹੁੰਦੀਆਂ ਨੇ, ਉਦੋਂ ਵੀ ਪੈਰ ਸਲਿਪ ਕਰਦਾ। ਕੋਸ਼ਿਸ਼ ਇਹ ਕਰੋ ਕਿ ਕਾਰਪੇਟ ਦੇ ਉੱਪਰ ਸੌਕਸਾਂ ਨਾ ਪਾਈਆਂ ਹੋਣ, ਹਾਂਜੀ, ਔਰ ਜਿਹੜਾ ਵੁਡਨ ਸਟੇਅਰਸ ਆ ਉਹਤੇ ਵੀ ਸੌਕਸ ਨਾ ਪਾਈਆਂ ਹੋਣ, ਕਿਉਂਕਿ ਉਹ ਸਲਿਪ ਕਰਦੀਆਂ ਨੇ। ਬਿਲਕੁਲ, ਔਰ ਜਿਹੜੇ ਘਰ ਬਜ਼ੁਰਗ ਹੈਗੇ ਆ, ਤੁਸੀਂ ਉਹਨਾਂ ਨੂੰ ਐਕਸਟਰਾ ਫ੍ਰੀ ਸਪੇਸ ਪ੍ਰੋਵਾਈਡ ਕਰੋ ਕਿ ਮਤਲਬ ਕੰਜੈਸ਼ਨ ਨਾ ਰੱਖੋ, ਐਵੇਂ ਜਿੱਥੇ ਦਿਲ ਕੀਤਾ ਉੱਥੇ ਸਮਾਨ ਨਹੀਂ ਟਿਕਾਉਣਾ, ਉਹਨਾਂ ਨੂੰ ਫ੍ਰੀ ਸਪੇਸ ਚਾਹੀਦੀ ਆ ਮੈਕਸੀਮਮ। ਬਿਲਕੁਲ, ਜਿਹੜੇ ਉਹਨਾਂ ਦੇ ਬੈਡਰੂਮ ਹੁੰਦੇ ਆ ਉੱਥੇ ਇੱਕ ਪ੍ਰੋਪਰ ਫ੍ਰੀ ਸਪੇਸ ਚਾਹੀਦੀ ਆ ਕਿ ਉਹ ਈਜ਼ਲੀ ਆਪਣੇ ਬੈੱਡ 'ਚ ਬੈਠ ਵੀ ਜਾਣ ਅਤੇ ਉੱਠ ਵੀ ਜਾਣ। ਬਿਲਕੁਲ, ਔਰ ਨਾਲ ਦੀ ਨਾਲ ਵਾਸ਼ਰੂਮਸ ਜਿਹੜੇ ਹੁੰਦੇ ਆ, ਵਾਸ਼ਰੂਮ ਦੇ ਵਿੱਚ ਵੀ ਸਾਨੂੰ ਇੱਕ ਪ੍ਰੋਪਰ ਸਪੇਸ ਚਾਹੀਦੀ ਆ। ਟੱਬ ਦੇ ਬਾਹਰ ਆਪਾਂ ਇੱਕ ਮੈਟ ਰੱਖ ਸਕਦੇ ਹਾਂ, ਉਹਨੂੰ ਆਪਾਂ ਟੱਬ ਦੇ ਕੋਲ ਇੱਕ ਰੇਲਿੰਗ ਰੱਖ ਸਕਦੇ ਹਾਂ, ਵਾਸ਼ਰੂਮ ਦੇ ਵਿੱਚ ਜਿਹਨੂੰ ਫੜ ਕੇ ਉੱਠ ਕੇ ਖੜੇ ਹੋ ਈਜ਼ਲੀ ਖੜੇ ਹੋ ਜਾਣ, ਬੈਠ ਜਾਣ, ਇੱਕ ਮੈਟ ਹੁੰਦੇ ਆ ਉਹ ਰੱਖ ਲੈਣ, ਵਾਟਰ ਪਰੂਫ ਮੈਟ ਆ ਜਿਹੜੇ, ਵਾਟਰ ਅਬਜ਼ਰਵਰਸ, ਕਿ ਉਹਨਾਂ ਪੈਰ ਵਗੈਰਾ ਨਾ ਫਿਸਲਣ। ਬਿਲਕੁਲ ਅਮਨ ਜੀ, ਇੱਕ ਮੈਂ ਹੋਰ ਚੀਜ਼ ਐਡ ਕਰਨਾ ਚਾਹੂੰਗੀ, ਜਿਵੇਂ ਕਿ ਅਮਨ ਜੀ ਨੇ ਕਿਹਾ ਕਿ ਪੌੜੀਆਂ ਦੀ ਗੱਲ ਜਿਵੇਂ ਉਹਨਾਂ ਨੇ ਕਹੀ, ਸੋ ਪੌੜੀਆਂ ਦੇ ਵਿੱਚ ਇੱਕ ਇਹ ਆਮ ਘਰਾਂ ਦੇ ਵਿੱਚ ਬਹੁਤ ਦੁਰਘਟਨਾਵਾਂ ਹੁੰਦੀਆਂ, ਸੋ ਪੌੜੀਆਂ ਦੇ ਵਿੱਚ ਜਿਵੇਂ ਉਹਨਾਂ ਨੇ ਕਿਹਾ ਕਿ ਕਾਰਪੇਟ ਦੇ ਨਾਲ ਨਾਲ ਲਾਈਟਨਿੰਗ ਬਹੁਤ ਜ਼ਰੂਰੀ ਹੈ, ਪ੍ਰੋਪਰ ਲਾਈਟਨਿੰਗ ਹੋਵੇ, ਅਤੇ ਪੌੜੀਆਂ ਦੇ ਵਿੱਚ ਰੇਲਿੰਗ ਜ਼ਰੂਰ ਹੋਵੇ ਜਿਨ੍ਹਾਂ ਨੂੰ ਫੜ ਕੇ ਸਾਡੇ ਬਜ਼ੁਰਗ ਉੱਪਰ ਜਾਂ ਥੱਲੇ ਚੜ੍ਹ ਕੇ ਆ ਸਕਣ। ਅਤੇ ਜਰਨਲ ਜਰਨਲ ਆਪਣੀ ਜਿਹੜੀ ਰੇਲਿੰਗ ਹੁੰਦੀ ਆ, ਪੌੜੀ ਇੱਕ ਬਣੀ ਹੁੰਦੀ ਆ, ਕੋਸ਼ਿਸ਼ ਇਹ ਕਰੋ ਕਿ ਜਿਹੜੇ ਘਰ ਬਜ਼ੁਰਗ ਹੈਗੇ ਆ, ਵਾਲ ਸਾਈਡ 'ਤੇ ਵੀ ਰੇਲਿੰਗ ਪ੍ਰੋਵਾਈਡ ਕਰਾ ਦਿਓ। ਬਿਲਕੁਲ, ਇੱਕ ਉਹ ਸੇਫ ਐਂਡ ਸਿਕਿਓਰ ਹੋ ਜਾਂਦਾ ਵਾ, ਅਗਰ ਬੱਚੇ ਵੀ ਹੈਗੇ ਆ ਬੱਚਿਆਂ ਵਾਸਤੇ ਵੀ ਸਿਕਿਓਰ ਹੋ ਜਾਂਦਾ ਵਾ, ਕਿ ਉਹ ਈਜ਼ਲੀ ਉਹਨੂੰ ਫੜ ਕੇ ਚੜ੍ਹ ਸਕਦੇ ਆ, ਕਿਉਂਕਿ ਜਿਹੜੀ ਆਪਣੀਆਂ ਆਊਟਸਾਈਡ ਦੀਆਂ ਪੌੜੀਆਂ ਹੁੰਦੀਆਂ ਉਹ ਸਮਟਾਈਮ ਸੇਫ ਨਹੀਂ ਹੁੰਦੀਆਂ, ਉੱਥੇ ਬੰਦਾ ਸਮਟਾਈਮ ਡਿੱਗ ਕੇ ਸੱਟ ਵੀ ਲੱਗ ਸਕਦੀ ਆ, ਬੜੀਆਂ ਵਾਲ ਨਾਲ ਥੋੜ੍ਹੀ ਜਿਹੀ ਪ੍ਰੋਟੈਕਸ਼ਨ ਮੋਰ ਸੇਫ ਹੁੰਦੀਆਂ ਨੇ। ਬਿਲਕੁਲ, ਅਤੇ ਦੋਸਤੋ ਇਹਦੇ ਨਾਲ ਨਾਲ ਆਪਣੇ ਬਜ਼ੁਰਗਾਂ ਦਾ ਆਈ ਚੈੱਕਅਪ ਜ਼ਰੂਰ ਕਰਵਾਓ, ਕਿਉਂਕਿ ਕਈ ਵਾਰ ਸਾਨੂੰ ਉਹਨਾਂ ਦੀ ਨਜ਼ਰ ਕਮਜ਼ੋਰ ਹੋ ਜਾਂਦੀ ਹੈ ਜਾਂ ਨੰਬਰ ਉਹਨਾਂ ਦੀ ਐਨਕ ਦਾ ਵੱਧ ਜਾਂਦਾ ਘੱਟ ਜਾਂਦਾ, ਸੋ ਇਸ ਚੀਜ਼ ਦਾ ਧਿਆਨ ਜ਼ਰੂਰ ਰੱਖੋ, ਕਿਉਂਕਿ ਜੇ ਉਹਨਾਂ ਦੀ ਨਜ਼ਰ ਕਮਜ਼ੋਰ ਹੈ ਤਾਂ ਉਹਨਾਂ ਦੇ ਡਿੱਗਣ ਦੇ ਚਾਂਸਿਸ ਵੀ ਜ਼ਿਆਦਾ ਨੇ। ਵਿਜ਼ੀਬਲ ਇਫੈਕਟ, ਵਿਜ਼ੀਬਲ ਵਿਜ਼ੀਬਿਲਟੀ, ਵਿਜ਼ੀਬਿਲਟੀ ਦੇ ਨਾਲ ਨਾਲ ਇੱਕ ਕਲਰ ਬਲਾਈਂਡਨੈਸ ਵੀ ਹੁੰਦੀ ਹੈ, ਹਾਂਜੀ, ਉਹਦੇ ਕਰਕੇ ਵੀ ਕਾਫੀ ਪ੍ਰੋਬਲਮਸ ਆਉਂਦੀਆਂ ਨੇ। ਦੋਸਤੋ, ਇੱਥੇ ਲੈਂਦੇ ਹਾਂ ਅਸੀਂ ਇੱਕ ਛੋਟਾ ਜਿਹਾ ਬ੍ਰੇਕ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ। ਦੋਸਤੋ, ਨਾਲ ਦੀ ਨਾਲ ਇੱਕ ਗੱਲ ਹੋਰ ਆਪਾਂ ਕਹਾਂਗੇ, ਇਹ ਵਾਲਾ ਪ੍ਰੋਗਰਾਮ ਸਪੋਂਸਰ ਕਰਨੇ ਨੇ ਏ ਗਿੱਲ ਪ੍ਰੋਡਕਸ਼ਨਸ, ਜਿਹੜੇ ਇਜ਼ਲੀ ਤੁਹਾਡੇ ਸਾਹਮਣੇ ਵਿਦ ਇਨ ਕਪਲ ਆਫ ਮੰਥਸ ਲਿਆ ਰਹੇ ਨੇ ਸ਼ਾਰਟ ਮੂਵੀ ਜ਼ਿੰਦਗੀ। ਵੈਲਕਮ ਟੂ ਰਿਟਸ ਫਰਨੀਚਰ। Ritz Furniture, we are the furniture experts. We carry Ashley and all high-end furniture. Our experience and expertise in the furniture industry help you to choose the right furniture for your home and business. Financing is available. 20,000 square foot showroom close to 401 and Dixie. We don't match the price. We beat it. 5200 Dixie Road, Mississauga, 905-232-7489. When you are buying or selling a house or a business, you need proper guidance. We at JPMLaw Firm have the knowledge and the expertise
to help you close your transaction hassle-free. For all your real estate needs, give us a call. ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਪ੍ਰੋਗਰਾਮ ਸਿਹਤ ਸੰਭਾਲ ਦੇ ਵਿੱਚ। ਅਸੀਂ ਅੱਜ ਗੱਲ ਕਰ ਰਹੇ ਸੀ ਹੈਲਦੀ ਏਜਿੰਗ ਬਾਰੇ, ਕਿੱਦਾਂ ਅਸੀਂ ਆਪਣੇ ਬਜ਼ੁਰਗਾਂ ਦੀ ਮਦਦ ਕਰ ਸਕਦੇ ਹਾਂ ਇੱਕ ਵਧੀਆ ਲੰਬੀ ਜ਼ਿੰਦਗੀ ਜਿਉਣ ਦੇ ਵਿੱਚ। ਦੋਸਤੋ ਇੱਕ ਸਮਾਂ ਉਹ ਸੀ ਜਦੋਂ ਤੁਸੀਂ ਉਹਨਾਂ ਦੀ ਉਂਗਲੀ ਫੜ ਕੇ ਚੱਲਦੇ ਸੀ, ਅਤੇ ਇੱਕ ਸਮਾਂ ਇਹ ਵੀ ਹੈ ਜਦੋਂ ਉਹਨਾਂ ਨੂੰ ਤੁਹਾਡੇ ਸਹਾਰੇ ਦੀ ਲੋੜ ਹੈ ਅਤੇ ਤੁਹਾਡੀ ਛੋਹ ਦੀ ਲੋੜ ਹੈ। ਪਰ ਇਹ ਨਿੱਕੀਆਂ ਨਿੱਕੀਆਂ ਗੱਲਾਂ ਦੇ ਨਾਲ ਤੁਸੀਂ ਉਹਨਾਂ ਦਾ ਖਿਆਲ ਰੱਖ ਸਕਦੇ ਹੋ ਅਤੇ ਕਾਫੀ ਹੱਦ ਤੱਕ ਆਪਣੇ ਬਜ਼ੁਰਗਾਂ ਦੀ ਜ਼ਿੰਦਗੀ ਵੀ ਸਵਾਰ ਸਕਦੇ ਹੋ। ਹਾਂਜੀ ਸੁਮਨ ਜੀ, ਇਹ ਬਹੁਤ ਵਧੀਆ ਤੁਸੀਂ ਕਿਹਾ। ਹਾਂਜੀ, ਕਹਿੰਦੇ ਆ ਨਾ ਕਿ ਸਮਾਂ ਬਿਲਕੁਲ ਬੜਾ ਬਲਵਾਨ ਹੈ, ਇਹ ਪਲਟਵਾਰ ਜ਼ਰੂਰ ਕਰਦਾ ਹੈ। ਜੇ ਬਜ਼ੁਰਗਾਂ ਨੇ ਸਾਡੀ ਉਂਗਲੀ ਫੜ ਕੇ ਸਾਨੂੰ ਚੱਲਣਾ ਸਿਖਾਇਆ, ਪੜ੍ਹਾਇਆ ਲਿਖਾਇਆ, ਇਸ ਮੁਕਾਮ 'ਤੇ ਪਹੁੰਚਾਇਆ ਕਿ ਅੱਜ ਜਨਰੇਸ਼ਨ ਆਪਣੇ ਪੈਰਾਂ 'ਤੇ ਖੜ੍ਹੇ ਹੋ ਜਾਂਦੀ ਹੈ, ਉਹਨਾਂ ਦਾ ਵੀ ਫਰਜ਼ ਬਣਦਾ ਕਿ ਆਪਣੇ ਬਜ਼ੁਰਗਾਂ ਨੂੰ ਜਦੋਂ ਉਹਨਾਂ ਨੂੰ ਲੋੜ ਆ ਉਦੋਂ ਉਹਨਾਂ ਦਾ ਸਾਥ ਨਾ ਛੱਡਣ, ਉਹਨਾਂ ਨੂੰ ਹਮੇਸ਼ਾ ਆਪਣੇ ਨਾਲ ਰੱਖਣ। ਬਿਲਕੁਲ, ਕਿਉਂਕਿ ਸਮਾਂ ਹਮੇਸ਼ਾ ਪਲਟਦਾ ਹੈ। ਜੇ ਅਸੀਂ ਸਮੇਂ ਦੀ ਸੰਭਾਲ, ਸਮੇਂ ਦੀ ਪਰਖ ਸਹੀ ਟਾਈਮ 'ਤੇ ਨਹੀਂ ਕਰਦੇ ਤਾਂ ਅਸੀਂ ਆਪਣਾ ਆਪ ਗਵਾ ਲੈਂਦੇ ਹਾਂ। ਕਿਉਂਕਿ ਜਿਹੜੇ ਬਜ਼ੁਰਗ ਆ, ਜੇ ਇੱਕ ਵਾਰੀ ਬਜ਼ੁਰਗ ਗਵਾਚ ਗਏ ਤਾਂ ਬਾਅਦ 'ਚ ਨਹੀਂ ਲੱਭ ਸਕਦੇ। ਬਿਲਕੁਲ, ਕਹਿੰਦੇ ਨਾ ਮਾਪੇ ਕਦੀ ਨਹੀਂ ਮਿਲਦੇ। ਬਿਲਕੁਲ, ਮਾਪਿਆਂ ਨੂੰ ਹਮੇਸ਼ਾ ਸਾਂਭ ਕੇ ਰੱਖੋ। ਜੀ ਹਾਂ ਦੋਸਤੋ, ਜਿਵੇਂ ਕਿ ਅਮਨ ਜੀ ਨੇ ਬਹੁਤ ਖੂਬਸੂਰਤ ਗੱਲ ਕਹੀ ਕਿ ਇਹ ਮਾਪੇ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਦਿੰਦੇ ਨੇ, ਇਹ ਸਾਡੀ ਸਟਰੈਂਥ ਨੇ। ਸੋ ਕੋਸ਼ਿਸ਼ ਕਰੋ ਉਹਨਾਂ ਦੀ ਸਿਹਤ ਦਾ ਖਿਆਲ ਰੱਖਣ ਲਈ ਤਾਂ ਕਿ ਉਹ ਇੱਕ ਵਧੀਆ ਜ਼ਿੰਦਗੀ ਜੀ ਸਕਣ। ਜਿਵੇਂ ਕਿ ਅਸੀਂ ਪਹਿਲਾਂ ਗੱਲ ਕੀਤੀ ਕਿ ਤੁਸੀਂ ਉਹਨਾਂ ਦੇ ਖਾਣ ਪੀਣ ਦਾ ਕਿਵੇਂ ਖਿਆਲ ਰੱਖ ਸਕਦੇ ਹੋ, ਕਿਵੇਂ ਤੁਸੀਂ ਆਪਣੇ ਘਰ ਦੇ ਵਿੱਚ ਸੇਫਟੀ ਮੈਜਰਮੈਂਟਸ ਲੈ ਸਕਦੇ ਹੋ, ਇਹਦੇ ਨਾਲ ਨਾਲ ਸਾਡੇ ਸੀਨੀਅਰਸ ਨੂੰ ਜ਼ਰੂਰੀ ਹੈ ਕਿ ਉਹ ਫਿਜ਼ੀਕਲੀ ਐਕਟਿਵ ਰਹਿਣ, ਜਿੱਦਾਂ ਉਹ ਹਫ਼ਤੇ ਦੇ ਵਿੱਚ ਘੱਟੋ ਘੱਟ 3 ਦਿਨ ਐਕਸਰਸਾਈਜ਼ ਕਰਨ। ਅਮਨ ਜੀ, ਐਕਸਰਸਾਈਜ਼ ਜਿਵੇਂ ਆਪਾਂ ਕਹਿੰਦੇ ਹਾਂ ਕਿ ਬੜਾ ਡਰ ਜਾਂਦਾ ਕਿ ਐਕਸਰਸਾਈਜ਼ ਪਤਾ ਨਹੀਂ ਕੀ ਚੀਜ਼ ਹੈ, ਬਹੁਤ ਟਾਈਮ ਲੱਗਦਾ ਹੋਣਾ, ਪਰ ਐਕਸਰਸਾਈਜ਼ ਬਹੁਤ ਇੰਜੋਏਬਲ ਵੀ ਹੋ ਸਕਦੀ ਹੈ, ਜਿੱਦਾਂ ਇੱਕ ਸਿੰਪਲ ਵਾਕ, ਬ੍ਰਿਸ ਵਾਕ, ਸਵੀਮਿੰਗ ਜਾਂ ਕੁਛ ਵੀ ਜੋ ਤੁਹਾਨੂੰ ਵਧੀਆ ਲੱਗਦਾ ਹੋਵੇ। ਸੋ ਸਾਡੇ ਬਜ਼ੁਰਗਾਂ ਦੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਉਹ ਘੱਟੋ ਘੱਟ ਹਫ਼ਤੇ 'ਚ 3 ਵਾਰੀ ਜਾਂ ਫਿਰ 5 ਵਾਰੀ ਆਪਣੀ ਕੋਈ ਨਾ ਕੋਈ ਫਿਜ਼ੀਕਲ ਐਕਟੀਵਿਟੀ ਕਰਨ। ਹਾਂਜੀ, ਜਨਰਲੀ ਆਪਾਂ ਬਜ਼ੁਰਗ ਦੇਖਦੇ ਹਾਂ ਕਿ ਪਾਰਕਾਂ, ਗਰਮੀਆਂ 'ਚ ਉਹ ਪਾਰਕਾਂ 'ਚ ਸੈਰ ਕਰਦੇ ਹੁੰਦੇ ਆ। ਮੇਨ ਪ੍ਰੋਬਲਮ ਆਉਂਦੀ ਆ ਸਰਦੀਆਂ ਦੇ ਵਿੱਚ। ਬਿਲਕੁਲ, ਸਰਦੀਆਂ ਵਿੱਚ ਵੀ ਉਹ ਘਰੇ ਆਪਣਾ ਥੋੜ੍ਹਾ ਯੋਗਾ ਕਰ ਸਕਦੇ ਆ ਜਾਂ ਆਪਣਾ ਸਟੈਂਡਿੰਗ ਵਾਕ ਕਰ ਸਕਦੇ ਆ, ਘਰੇ ਹੀ ਆਪਾਂ ਥੋੜ੍ਹਾ ਮੂਵਮੈਂਟ ਕਰ ਲੈਣ, ਵਾਕ ਕਰ ਲੈਣ। ਇੱਕ ਲਾਫਟਰ ਥੈਰੇਪੀ ਹੁੰਦੀ ਹੈ, ਇਸ ਬਹੁਤ ਹੈਲਪਫੁਲ ਆ ਸਾਰਿਆਂ ਵਾਸਤੇ, ਔਰ ਉਹ ਵੀ ਬਜ਼ੁਰਗਾਂ ਨੂੰ ਕਰਨੀ ਚਾਹੀਦੀ ਹੈ। ਲਾਫਟਰ ਥੈਰੇਪੀ ਆਪਣਾ ਕੋਈ ਅੱਛੀ ਮੂਵੀ ਲਾ ਲਓ, ਕੋਈ ਗਾਣੇ ਲਾ ਲਓ, ਜਾਂ ਬੈਠੇ ਗੱਲਾਂ ਬਾਤਾਂ ਕਰ ਰਹੇ, ਮਜ਼ਾਕ ਜਾਂ ਮਾਹੌਲ ਲਾ, ਇੱਕ ਹੱਸੋ। ਉਹ ਜਿੰਨਾ ਅਸੀਂ ਆਪਣੀ ਲਾਈਫ 'ਚ ਖੁਸ਼ ਹੋਣ ਦੀ ਕੋਸ਼ਿਸ਼ ਕਰਾਂਗੇ ਤਾਂ ਓਨਾ ਹੀ ਅਸੀਂ ਲਾਈਫ ਨੂੰ ਵਧੀਆ ਤਰੀਕੇ ਨਾਲ ਜੀ ਸਕਦੇ ਹਾਂ। ਨਾਲੇ ਜਿਵੇਂ ਕਿ ਕਹਿੰਦੇ ਨੇ ਕਿ ਜੇ ਤੁਸੀਂ ਆਪ ਖੁਸ਼ ਹੋ ਤਾਂ ਤੁਹਾਡੇ ਆਸੇ ਪਾਸੇ ਵਾਲੇ ਸਾਰੇ ਖੁਸ਼ ਨੇ। ਕਹਿੰਦੇ ਨੇ ਹਾਸੇ ਵੰਡਣ ਨਾਲ ਹੀ ਹਾਸੇ ਮਿਲਦੇ ਨੇ, ਹਾਸੇ ਵੰਡਣ ਨਾਲ ਹੀ ਹਾਸੇ ਮਿਲਦੇ ਨੇ। ਜੇ ਅੱਜ ਅਸੀਂ ਕਿਸੇ ਦਾ ਕੁਛ ਗਵਾ ਬੈਠੇ, ਅਸੀਂ ਕਿਸੇ ਦਾ ਨਹੀਂ, ਅਸੀਂ ਆਪਣਾ ਆਪ ਹੀ ਗਵਾ ਬੈਠੇ। ਇਸ ਕਰਕੇ ਕੋਸ਼ਿਸ਼ ਇਹ ਕਰੋ, ਹੱਸਦੇ ਖੇਡਦੇ ਰਹੋ ਅਤੇ ਹਾਸੇ ਖੇੜੇ ਵੰਡੋ। ਬਿਲਕੁਲ, ਅਤੇ ਅਮਨ ਜੀ ਜੋ ਇੱਕ ਖਾਸ ਗੱਲ ਹੈ ਜੋ ਸਾਡੇ ਬਜ਼ੁਰਗ ਸ਼ਿਕਾਰ ਹੋ ਰਹੇ ਨੇ ਉਹ ਹੈ ਡਿਪਰੈਸ਼ਨ। ਹਾਂਜੀ, ਸੋ ਇਹਦੇ ਲਈ ਸਾਡੇ ਬਜ਼ੁਰਗਾਂ ਦੀ ਜੇ ਤੁਸੀਂ ਵਾਕਈ ਫਿਕਰ ਕਰਦੇ ਹੋ ਆਪਣੇ ਗ੍ਰੈਂਡ ਪੇਰੈਂਟਸ ਦੀ, ਮਾਂ ਪਿਓ ਦੀ, ਇਸ ਗੱਲ ਦਾ ਜ਼ਰੂਰ ਖਿਆਲ ਰੱਖੋ। ਕੋਸ਼ਿਸ਼ ਕਰੋ ਕਿ ਸਾਡੇ ਜੋ ਸੀਨੀਅਰਸ ਨੇ ਉਹ ਸੋਸ਼ਲੀ ਕਨੈਕਟਿਡ ਨੇ। ਸੋਸ਼ਲੀ ਕਨੈਕਸ਼ਨ ਹੋਣ ਦਾ ਮਤਲਬ ਹੈ ਕਿ ਉਹ ਬਾਹਰ ਲੋਕਾਂ ਨੂੰ ਮਿਲ ਰਹੇ ਨੇ, ਆਪਣੇ ਦੋਸਤਾਂ ਰਿਸ਼ਤੇਦਾਰਾਂ ਨੂੰ ਜੋ ਦੂਰ ਦੁਰਾਡੇ ਇੰਡੀਆ ਦੇ ਵਿੱਚ ਬੈਠੇ ਨੇ ਉਹਨਾਂ ਦੇ ਨਾਲ ਉਹਨਾਂ ਦਾ ਕੋਈ ਨਾ ਕੋਈ ਰਾਬਤਾ ਹੈ। ਮੈਂ ਥੋੜ੍ਹੇ ਦਿਨ ਪਹਿਲਾਂ ਪੜ੍ਹ ਰਹੀ ਸੀ, ਸੋਰੀ ਟੂ ਇੰਟਰਪਟ, ਮੈਂ ਥੋੜ੍ਹਾ ਜਿਹਾ ਬਸ ਇਹ ਕਹੂੰਗੀ ਕਿ ਬਹੁਤ ਵਾਰ ਹੁੰਦਾ ਕਿ ਬਜ਼ੁਰਗ ਇਹ ਸੋਸ਼ਲ ਕਨੈਕਸ਼ਨ ਇਸ ਲਈ ਟੁੱਟ ਜਾਂਦਾ, ਜਿਵੇਂ ਮੈਂ ਦੇਖਦੀ ਹਾਂ ਕਿ ਜਦੋਂ ਮੇਰੇ ਪੇਰੈਂਟਸ ਆਉਂਦੇ ਆ ਇੰਡੀਆ ਤੋਂ, ਮੇਰੇ ਫਾਦਰ ਇੰਡੀਆ ਦੇ ਵਿੱਚ ਬਹੁਤ ਐਕਟਿਵ ਨੇ ਪਰ ਇੱਥੇ ਆ ਕੇ ਉਹ ਘਰ ਦੇ ਵਿੱਚ ਰਹਿ ਜਾਂਦੇ ਨੇ ਕਿਉਂਕਿ ਉਹਨਾਂ ਦੀ ਡਰਾਈਵਿੰਗ ਦੀ ਪ੍ਰੋਬਲਮ ਹੈ, ਇੱਥੇ ਉਹ ਡਰਾਈਵ ਨਹੀਂ ਕਰ ਸਕਦੇ। ਜਾਂ ਫਿਰ ਕਈ ਵਾਰ ਹੁੰਦਾ ਕਿ ਉਹਨਾਂ ਨੂੰ ਚੱਲਣ ਫਿਰਨ 'ਚ ਉਮਰ ਦੇ ਨਾਲ ਇੰਨੇ ਐਕਟਿਵ ਨਹੀਂ ਰਹਿੰਦੇ, ਚੱਲਣ ਫਿਰਨ 'ਚ ਪ੍ਰੋਬਲਮ ਆਉਂਦੀ ਹੈ। ਅਤੇ ਕਈ ਵਾਰ ਇਹ ਹੁੰਦਾ ਕਿ ਸਾਡਾ ਕੋਈ ਸਾਡੇ ਜੋ ਬਜ਼ੁਰਗ ਉਹਨਾਂ ਦਾ ਸਪਾਊਸ ਜੋ ਪਾਰਟਨਰ ਹੈ ਉਹ ਫਾਸ ਵੇ ਹੋ ਜਾਂਦਾ ਤਾਂ ਇਕੱਲੇ ਰਹਿ ਜਾਂਦੇ। ਸੋ ਛੋਟੀ ਛੋਟੀ ਚੀਜ਼ਾਂ ਦੇ ਕਰਕੇ ਉਹਨਾਂ ਦਾ ਜੋ ਸੋਸ਼ਲ ਕਨੈਕਸ਼ਨ ਹੈ ਉਹ ਖਤਮ ਹੋ ਜਾਂਦਾ। ਦੇਖੋ ਜੀ, ਇਹਦਾ ਇੱਕ ਸੋਲਿਊਸ਼ਨ ਇਹੀ ਹੈ
ਕਿ ਆਪਾਂ ਨੂੰ ਆਪਣੇ ਬਜ਼ੁਰਗਾਂ ਦਾ ਧਿਆਨ ਰੱਖਣਾ ਚਾਹੀਦਾ ਇਹੋ ਜਿਹੀ ਸਿਚੁਏਸ਼ਨ 'ਚ, ਜਿਹੜੀ ਉਹਨਾਂ ਦੀ ਔਲਾਦ ਹੈ, ਜਿਹੜੀ ਸੰਤਾਨ ਹੈ, ਜਿਹੜੀ ਉਹਨਾਂ ਦੀ ਫੈਮਿਲੀ ਹੈ, ਉਹਨਾਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹਨਾਂ ਦੀ ਟੇਕ ਕੇਅਰ ਕਰਨ। ਅਗਰ ਉਹ ਡਰਾਈਵ ਨਹੀਂ ਕਰ ਸਕਦੇ ਤਾਂ ਉਹਨਾਂ ਨੂੰ ਆਪਣਾ ਲਾਇਬ੍ਰੇਰੀ, ਕਮਿਊਨਿਟੀ ਸੈਂਟਰ ਛੱਡ ਕੇ ਆਉਣ। ਬਾਕੀ ਇੱਥੇ ਕੁਝ ਫੈਸਿਲਿਟੀਜ਼ ਵੀ ਹੈਗੀਆਂ ਵਾ, ਜਿਹੜੇ ਇੱਕ ਵਾਰੀ ਚਲੇ ਜਾਣਗੇ ਆਪਣੇ ਆਪ ਕਨੈਕਸ਼ਨ ਬਣ ਜਾਂਦਾ ਵਾ, ਦੋਸਤ ਬਣ ਜਾਂਦੇ ਨੇ। ਅਤੇ ਸੈਕਿੰਡ ਜਿਹੜੀ ਤੁਸੀਂ ਗੱਲ ਕਹੀ ਸੀਗੀ ਕਿ ਇੱਕ ਪਾਰਟਨਰ ਜਦੋਂ ਪਾਸਟ ਹੋ ਜਾਂਦਾ ਵਾ, ਉਹ ਬਹੁਤ ਔਖੀ ਘੜੀ ਹੁੰਦੀ ਆ ਕਿ ਜਿਹੜੇ ਇਨਸਾਨ ਨਾਲ ਪੂਰੀ ਜ਼ਿੰਦਗੀ ਰਹਿਣੇ, ਬਾਅਦ 'ਚ ਤੁਸੀਂ ਇਕੱਲੇ ਰਹਿੰਦੇ ਹੋ। ਕਹਿੰਦੇ ਨੇ ਕਿ ਕਮੀ ਹਮੇਸ਼ਾ ਮਹਿਸੂਸ ਹੁੰਦੀ ਹੈ, ਕਿਉਂਕਿ ਕਿਸੇ ਦੀ ਖਾਲੀ ਜਗ੍ਹਾ ਕੋਈ ਭਰ ਨਹੀਂ ਸਕਦਾ। ਬਟ ਕੋਸ਼ਿਸ਼ ਕੀਤੀ ਜਾ ਸਕਦੀ ਹੈ ਉਹਨਾਂ ਨੂੰ ਹਾਸੇ ਖੇੜੇ ਵੰਡ ਕੇ, ਉਹਨਾਂ ਦਾ ਇੱਕ ਵਧੀਆ ਟਾਈਮ ਉਹਨਾਂ ਨੂੰ ਦੇ ਕੇ, ਉਹਨਾਂ ਦੀ ਜਿਹੜੀ ਗਮੀ ਨੂੰ ਖੁਸ਼ੀ 'ਚ ਬਦਲਿਆ ਜਾ ਸਕਦਾ ਵਾ। ਬਾਕੀ ਕਹਿੰਦੇ ਨਾ ਯਾਦਾਂ ਸਹਾਰੇ 'ਤੇ ਜ਼ਿੰਦਗੀ ਕੱਟ ਹੀ ਜਾਂਦੀ ਆ, ਬਟ ਖੁਸ਼ੀ ਦੇ ਨਾਲ ਜ਼ਿੰਦਗੀ ਕੱਟੇ ਅਤੇ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੁੰਦੀ ਆ। ਬਿਲਕੁਲ ਅਮਨ ਜੀ, ਸੋ ਜਿਵੇਂ ਕਿ ਅਮਨ ਜੀ ਨੇ ਕਿਹਾ ਕਿ ਬੱਚਿਆਂ ਦਾ ਬਹੁਤ ਵੱਡਾ ਯੋਗਦਾਨ ਹੈ, ਤੁਸੀਂ ਕਿਵੇਂ ਹੈਲਪ ਕਰ ਸਕਦੇ ਹੋ ਆਪਣੇ ਬਜ਼ੁਰਗਾਂ ਦੀ ਇਹਨਾਂ ਉਹਨਾਂ ਨੂੰ ਡਿਪਰੈਸ਼ਨ ਤੋਂ ਬਾਹਰ ਕੱਢਣ ਲਈ? ਡਿਪਰੈਸ਼ਨ ਦਾ ਸਭ ਤੋਂ ਵਧੀਆ ਥੈਰੇਪੀ ਹੈ ਸੋਸ਼ਲ ਅਟੈਚਮੈਂਟ, ਸੋਸ਼ਲ ਇੰਟਰੈਕਸ਼ਨ। ਸੋ ਉਹਦੇ ਲਈ ਸਭ ਤੋਂ ਪਹਿਲਾਂ ਤੁਸੀਂ ਆਪਣੇ ਪੇਰੈਂਟਸ ਦਾ ਰਾਬਤਾ ਕਰਵਾਓ ਟੈਕਨੋਲੋਜੀ ਦੇ ਨਾਲ, ਜਿਵੇਂ ਕਿ ਅਮਨ ਜੀ ਅੱਜ ਕੱਲ੍ਹ ਵਟਸਐਪ, ਫੇਸਟਾਈਮ, ਇਹ ਚੀਜ਼ਾਂ ਇੱਕ ਬੂਨ ਨੇ ਸਾਡੇ ਲਈ, ਇੱਕ ਬਹੁਤ ਵੱਡਾ ਆਸ਼ੀਰਵਾਦ ਜਿਹਨੂੰ ਅਸੀਂ ਕਹਿੰਦੇ ਹਾਂ, ਕਿਉਂਕਿ ਇਹਦੇ ਨਾਲ ਅਸੀਂ ਆਪਣੇ ਦੂਰ ਦੁਰਾਡੇ ਰਿਸ਼ਤੇਦਾਰ ਜੋ ਚਾਹੇ ਦੁਨੀਆਂ ਦੇ ਕਿਸੇ ਵੀ ਕੋਨੇ 'ਚ ਬੈਠੇ ਹੋਣ, ਤੁਸੀਂ ਬੜੇ ਹੀ ਆਰਾਮ ਨਾਲ ਉਹਨਾਂ ਨੂੰ ਅਪਰੋਚ ਕਰ ਸਕਦੇ ਹੋ। ਸੋ ਪੇਰੈਂਟਸ ਜੋ ਹੈ ਉਹ ਇਹ ਟੈਕਨੋਲੋਜੀ ਸਿੱਖਣ, ਉਹ ਆਪਣੇ ਰਿਸ਼ਤੇਦਾਰਾਂ ਦੇ ਨਾਲ ਇਸ ਟੈਕਨੋਲੋਜੀ ਦੇ ਥਰੂ ਗੱਲ ਜ਼ਰੂਰ ਕਰਨ। ਜਿੰਨੀ ਜ਼ਿਆਦਾ ਉਹ ਗੱਲ ਕਰਨਗੇ, ਆਪਣੇ ਦੁੱਖ ਸੁੱਖ ਕਰਨਗੇ, ਉਹਨਾਂ ਦਾ ਜੋ ਡਿਪਰੈਸ਼ਨ, ਸਟ੍ਰੈਸ ਲੈਵਲ ਹੈ, ਉਨਾ ਹੀ ਇਕੱਲਾਪਨ ਉਹਨਾਂ ਦਾ ਖਤਮ ਹੋਊਗਾ। ਮਤਲਬ ਕਿ ਇੱਕ ਉਹਨਾਂ ਦਾ ਕੁਨੈਕਸ਼ਨ ਬਣੇਗਾ। ਅਸੀਂ ਟੈਕਨੋਲੋਜੀ ਨੂੰ ਅਸੀਂ ਯੂਜ਼ ਕਰਨਾ ਹੈ ਕਿ ਉਹਦਾ ਸਾਨੂੰ ਇੱਕ ਪੋਜ਼ਿਟਿਵ ਰਿਜ਼ਲਟ ਮਿਲੇ, ਇੱਕ ਸਾਡੇ ਇੰਟਰਕਨੈਕਸ਼ਨ ਹੋਵਣ, ਆਪਸ 'ਚ ਗੱਲ ਕਰਨ, ਜਿਹੜੀ ਲੋਨਲੀਨੈਸ ਆ ਜ਼ਿੰਦਗੀ ਦਾ ਜਿਹੜਾ ਇਕੱਲਾਪਣ ਆ ਉਹਨੂੰ ਦੂਰ ਕਰਨ। ਹਾਂਜੀ, ਠੀਕ ਹੈ ਜੀ। ਆਪਾਂ ਜਿਹੜੀ ਟੈਕਨੋਲੋਜੀ ਨੂੰ ਆਪਾਂ ਯੂਟੀਲਾਈਜ਼ ਕਰਨਾ ਸਹੀ ਤਰੀਕੇ ਨਾਲ। ਵੈਲਕਮ ਟੂ ਰਿਟਸ ਫਰਨੀਚਰ। Ritz Furniture, we are the furniture experts. We carry Ashley and all high-end furniture. Our experience and expertise in the furniture industry help you to choose the right furniture for your home and business. Financing is available. 20,000 square foot showroom close to 401 and Dixie. We don't match the price. We beat it. 5200 Dixie Road, Mississauga, 905-232-7489. When you are buying or selling a house or a business, you need proper guidance. We at JP Mellon Law Firm have the knowledge and the expertise to help you close your transaction hassle-free. For all your real estate needs, give us a call. ਹਾਂਜੀ ਦੋਸਤੋ, ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਸਵਾਗਤ ਹੈ ਤੁਹਾਡਾ ਅੱਜ ਦੇ ਸ਼ੋ ਸਿਹਤ ਸੰਭਾਲ ਦੇ ਵਿੱਚ। ਸਿਹਤ ਸੰਭਾਲ ਦੇ ਵਿੱਚ ਅਸੀਂ ਜਾਂਦੇ ਜਾਂਦੇ ਇੱਕ ਅਪੀਲ ਕਰਾਂਗੇ, ਬੁਰਜ਼ੋਰ ਅਪੀਲ, ਕਿ ਸਾਡੀਆਂ ਜਿਹੜੀਆਂ ਫੈਮਿਲੀਜ਼ ਇੱਥੇ ਹੈਗੀਆਂ ਨੇ, ਸਾਰਿਆਂ ਨੂੰ ਚਾਹੀਦਾ ਕਿ ਬਜ਼ੁਰਗਾਂ ਦੀ ਜਿਹੜੀ ਇਕੱਲਾਪਣ ਆ, ਉਹਨਾਂ ਦੀ ਜਿਹੜੀ ਸੋਸ਼ਲ ਲਾਈਫ ਆ, ਉਹਨੂੰ ਆਪਾਂ ਕਿਸ ਤਰ੍ਹਾਂ ਵਧਾ ਸਕਦੇ ਹਾਂ। ਉਹਦੇ ਵਾਸਤੇ ਵੰਸ ਇਨ ਏ ਮੰਥ, ਮਹੀਨੇ 'ਚ ਇੱਕ ਵਾਰੀ ਗੈਟ ਟੂਗੈਦਰ ਪਾਰਟੀ ਅਰੇਂਜ ਕੀਤੀ ਜਾਵੇ। ਮੋਸਟਲੀ ਸਮਰਸ 'ਤੇ ਹੁੰਦੇ ਹੀ ਆਪਣਾ ਸਮਰ ਪਾਰਟੀਜ਼ ਹੁੰਦੀਆਂ ਨੇ। ਕੋਸ਼ਿਸ਼ ਇਹ ਕਰੋ ਕਿ ਵਿੰਟਰ ਦੇ ਵਿੱਚ ਵੀ ਕਿਤੇ ਪਾਰਟੀ ਕਦੀ ਕਿਸੇ ਦੇ ਘਰ, ਕਿਸੇ ਦੇ ਘਰ ਮਹੀਨੇ 'ਚ ਇੱਕ ਵਾਰੀ ਕਰੋ, ਜਿੱਥੇ ਸਾਰੇ ਬਜ਼ੁਰਗ ਇਕੱਠੇ ਹੋਣ, 10-12 ਫੈਮਿਲੀਜ਼ ਇਕੱਠੀਆਂ ਹੋਣ, ਇੱਕ ਸੋਸ਼ਲ ਇੰਟਰੈਕਸ਼ਨ ਹੁੰਦੀ ਆ। ਉਹਨਾਂ ਨੂੰ ਵੀ ਮਹਿਸੂਸ ਹੁੰਦਾ ਵਾ ਕਿ ਬਾਹਰ ਆਣ ਕੇ ਵੀ ਸਾਡੇ ਪਰਿਵਾਰ ਮਿਲਦੇ ਜੁਲਦੇ ਆ, ਕਿ ਖੁਸ਼ੀਆਂ ਖੇੜੇ ਵੰਡਦੇ ਆ। ਕਿਉਂ ਸੁਮਨ ਜੀ? ਬਿਲਕੁਲ, ਬਹੁਤ ਸਹੀ ਗੱਲ ਕਹੀ ਅਮਨ ਜੀ। ਦੋਸਤੋ, ਸਾਡਾ ਪ੍ਰੋਗਰਾਮ ਸੀਗਾ ਹੈਲਦੀ ਏਜਿੰਗ ਬਾਰੇ, ਕਿ ਕਿੱਦਾਂ ਤੁਸੀਂ ਆਪਣੇ ਪੇਰੈਂਟਸ ਦੀ ਹੈਲਪ ਕਰ ਸਕਦੇ ਹੋ। ਉਮੀਦ ਹੈ ਤੁਹਾਨੂੰ ਸਾਡਾ ਪ੍ਰੋਗਰਾਮ ਪਸੰਦ ਆਇਆ ਹੋਊਗਾ। ਕਹਿੰਦੇ ਨੇ, ਬੁੱਲੇ ਸ਼ਾਹ ਇੱਥੇ ਸਭ ਮੁਸਾਫਿਰ, ਕਿਸੇ ਨੇ ਨਹੀਂ ਰਹਿਣਾ, ਆਪੋ ਆਪਣੀ ਵਾਟ ਮੁਕਾ ਕੇ ਸਭ ਨੂੰ ਮੁੜਨਾ ਪੈਣਾ। ਹਾਂਜੀ ਦੋਸਤੋ, ਜਾਂਦੇ ਜਾਂਦੇ ਇੱਕ ਹੋਰ ਅਪੀਲ, ਸਾਡੇ ਫੇਸਬੁੱਕ ਪੇਜ 'ਤੇ ਲਾਈਕ ਕਰਨਾ ਨਾ ਭੁੱਲਣਾ, ਨਾਲ ਦੀ ਨਾਲ ਸੁਝਾਵ ਔਰ ਕਮੈਂਟ ਜ਼ਰੂਰ ਦੇਣਾ, ਜਿਹਦੇ ਨਾਲ ਸਾਨੂੰ ਹੌਸਲਾ ਮਿਲੇਗਾ ਕਿ ਆਪਾਂ ਸਹੀ ਟਰੈਕ 'ਤੇ ਜਾ ਰਹੇ ਹਾਂ ਕਿ ਨਹੀਂ ਜਾ ਰਹੇ, ਸਾਨੂੰ ਕਿੱਥੇ ਕੁਝ ਚੇਂਜ ਕਰਨ ਦੀ ਲੋੜ ਹੈ, ਆਪਣੇ ਸੁਝਾਵ ਜ਼ਰੂਰ ਦੇਣਾ। ਅਗਲੇ ਹਫ਼ਤੇ ਫਿਰ ਮਿਲਾਂਗੇ ਸੁਮਨ ਜੀ ਦੇ ਨਾਲ ਸੇਮ ਸ਼ੋਅ ਦੇ ਵਿੱਚ, ਇੱਕ ਵੱਖਰੇ ਟੌਪਿਕ ਦੇ ਨਾਲ। ਸਤਿ ਸ਼੍ਰੀ ਅਕਾਲ।